हाँ और दसो इन्हां नूं भी असीं आपदियां जमीनां बचाउण आए आ। हाँ जी हाँ जी फिर कहेंगी खाड़कू जमे। सत श्री अकाल जी, गुड मॉर्निंग, गुड आफ्टरनून, सत श्री अकाल। अज थोड़ी जी अंग्रेजी इस करके बोलांगे क्योंकि जिमें यह स्पेशली नैशनल मीडिया सानू प्रेजेंट कर रहा तो वह नैशनल मीडिया नू असी दसना असी बंदे कौन आ ते इत्थे हो की रहा। सो लैट्स चैक इट आउट। असी इत्थों लंघ रहे सी भी असी हुणे ही सोचिया भी लाइव करके लोगों नू साडा साडी जिंदगी ते असी इत्थे कर की रहे हां, आए क्यों आ, असी कौन आ, ये दिखाया जाए। हाँ जी भाई जी, सत श्री अकाल। पहला तो बेबे सत श्री अकाल। ये बेबे एक ना फिल्मी एक्ट्रेस आ कंगना रनौत, तो वह कहदियाँ भी जिहड़ियां बेबे इत्थे आईयां ना थोड़े नाल बैठियां भी ये तो 100-100 रुपए ते दिहाड़ी ते आउंदियां, इन्हां नूं माड़ा जिहा दस दो भी कौन आ सी, ਮੜਾ ਦੱਸੋ ਇਹਨਾਂ ਨੂੰ ਵੀ ਕੌਣ ਆ ਅਸੀਂ। ਗਲਤ ਬੋਲਦੇ ਸੀ ਆਪਣੇ ਬਾਰੇ ਜੀ, ਕਹਿੰਦੇ ਵੀ ਅਸੀਂ ਪ੍ਰਧਾਨ ਆ ਭਾਈ, ਅਸੀਂ ਦੁਨੀਆ ਦੇ ਪ੍ਰਧਾਨ ਆ, ਅਸੀਂ ਵਿਕਣ ਵਾਲੀਆਂ ਨਹੀਂ ਹੈਗੀ ਆ। ਹਾਂ ਹਾਂ, ਔਰ ਦੱਸੋ ਇਹਨਾਂ ਨੂੰ ਵੀ ਅਸੀਂ ਆਪਦੀਆਂ ਜ਼ਮੀਨਾਂ ਬਚਾਉਣ ਆਏ ਆ, ਦੱਸੋ ਮੜਾ ਜਿਹਾ ਇਹਨਾਂ ਨੂੰ ਆਪਣੇ ਹੱਕ ਨਹੀਂ ਆਏ। ਹਾਂਜੀ ਆਪਣੇ ਹੱਕਾਂ ਤੇ ਖੜੇ ਆ ਅਸੀਂ। ਹਾਂਜੀ ਹਾਂ, ਜ਼ਿਲ੍ਹਾ ਸੰਗਰੂਰ ਦਾਦਾ ਟਕਾਉਂਦੇ ਨੇ, ਟਕਾਉਂਦੇ ਨਹੀਂ ਪਾਰਟੀ ਦੇ, ਅਸੀਂ ਵਿਕਣ ਵਾਲੀਆਂ ਮਾਨੀਆਂ ਨਹੀਂ ਹੈਗੀਆਂ। फिर कहेंगी खाड़कू जमे। बेबे अच्छा मेनू आए दसो भी इत्थे जे ਇਹਨਾਂ ਦੇ ਬੰਦੇ ਆ ਜਿਹੜੇ ਸਾਡੇ ਡਾਂਗਾ ਮਾਰਦੇ ਸੀ, ਅਥਰੂ ਗੈਸ ਛੱਡਦੇ ਸੀ, ਜਾਂ ਸਾਡੇ ਉੱਤੇ ਜਿਹੜੇ ਪਾਣੀ ਦੀਆਂ ਬਿਛਾੜਾਂ ਮਾਰਦੇ ਸੀ, ਉਹਨਾਂ ਨੂੰ ਵੀ ਆਪਾਂ ਲੰਗਰ ਛਕਾਵਾਂਗੇ ਕਿ ਨਹੀਂ ਛਕਾਵਾਂਗੇ? ਛਕਾਵਾਂਗੇ। ਹਾਂਜੀ, ਤੋ ਇਹਨਾਂ ਨੂੰ ਦੱਸੋ ਵੀ ਅਸੀਂ ਆਹ ਬੰਦੇ ਆ, ਅਸੀਂ ਸੋ ਬੇਬੇ ਅਸੀਂ ਇਹਨਾਂ ਨੂੰ ਹੋਰ ਵੀ ਦਿਖਾਉਣੇ ਆ ਜਾ ਕੇ ਸਾਰਾ। ਹਾਂਜੀ, ਸਾਨੂੰ ਕੀ ਔਖਾ, ਆ ਬਜ਼ੁਰਗ ਬੈਠੇ ਆ। ਹਾਂਜੀ ਬਜ਼ੁਰਗੋ, ਤੁਸੀਂ ਕਿੱਥੋਂ ਆਏ ਜੀ? ਇੱਕੋ ਹੀ ਆ ਜੀ? ਨਹੀਂ, ਇਹ ਸਾਨੂੰ ਬਦਨਾਮ ਕਰੀ ਜਾਂਦੇ ਆ ਤੇ ਇਹਨੂੰ ਸਾਨੂੰ ਹੋਰ ਹੀ ਪਾਸੇ ਧੱਕੀ ਜਾਂਦੇ ਆ ਤੇ ਕਹਿੰਦੇ ਆ ਵੀ ਇਹ ਤਾਂ ਦੇਖੋ ਪੰਜਾਬ ਦੇ ਬੰਦੇ, ਇਹ ਤਾਂ ਖਾਲਿਸਤਾਨੀ ਮੂਵਮੈਂਟ ਚੋਂ ਆਏ ਆ, ਇਹ ਤਾਂ ਟੈਰਰਿਸਟ ਆ, ਇਹ ਤਾਂ ਇਹ ਵੱਖਰੀਆਂ ਵੱਖਰੀਆਂ ਗੱਲਾਂ ਕਰੀ ਜਾਂਦੇ ਆ। ਇਹਨਾਂ ਨੂੰ ਮਾੜਾ ਜਿਹਾ ਦੋ ਦੋ ਹੱਥ ਹੋ ਜਾਏ ਜੀ ਇਹਨਾਂ ਨਾਲ ਸਿੱਧੀ ਗੱਲ। ਹਾਂਜੀ, ਅਸੀਂ ਆਪਣੇ ਹੱਕਾਂ ਵਾਸਤੇ ਲੜਦੇ ਆ, ਸਾਡੀ ਆਉਣ ਵਾਲੀ ਪੀੜ੍ਹੀ ਜੇ ਅਸੀਂ ਹੁਣ ਲੜਦੇ ਨਹੀਂ, ਸਾਡੀ ਆਉਣ ਵਾਲੀ ਪੀੜ੍ਹੀ ਕਹੂਗੀ ਭਾਪੇ ਤੁਸੀਂ ਕਿੱਧਰ ਮਰ ਗਏ ਤੇ ਜਦੋਂ ਮੋਦੀ ਨੇ ਇਹ ਕਾਨੂੰਨ ਲਿਆਂਦੇ ਤੇ ਉਹਦੇ ਤੁਸੀਂ ਜ਼ਮੀਨਾਂ ਖੋਹਦੇ ਤੇ ਹੁਣ ਅਸੀਂ ਸਾਨੂੰ ਦਿਹਾੜੀ ਕਰਨੀ ਪੈਗੀ, ਸਾਡੇ ਸਿਵਿਆਂ ਨੂੰ ਥੱਲਿਆ ਕਰਨਗੇ ਜੇ ਅਸੀਂ ਹੁਣ ਉਰੇ ਲੜ ਕੇ ਮਰ ਜਾਂਗੇ, ਅਸੀਂ ਸ਼ਹੀਦਾਂ 'ਚ ਸਾਡਾ ਨਾਮ ਆਊਗਾ, ਠੀਕ ਹੈ? ਨਹੀਂ ਪਹਿਲਾਂ ਵੀ ਸਾਡੇ ਬਜ਼ੁਰਗ ਲੜ ਕੇ ਮਰ ਗਏ, ਬਘੇਲ ਸਿੰਘ, ਸਿੱਤਾ ਸਿੰਘ ਆਲੂ ਵਾਲੀ ਆ, ਸਾਹਿਬ ਸਿੰਘ ਟਾਰੀ, ਇਹਨਾਂ ਨੇ ਝੰਡਾ ਚਾੜਿਆ ਸੀਗਾ ਤਾਂ ਲਾਲ ਕਿਲੇ ਦੇ ਉੱਤੇ ਝੂਲ ਰਿਹਾ ਨਾ ਕੇਸਰੀ ਝੰਡਾ, ਉਹ ਝੰਡਾ ਉਵੇਂ ਚੁੱਕਰੀ ਆਲੇ ਦਾਲੋਂ ਛੀਲ ਕਰੀ ਤੀ ਦਿੱਲੀ, ਉਦੋਂ ਵੀ ਹੁਣ ਵੀ ਦਿੱਲੀ ਨੂੰ ਛੀਲ ਕਰਾਂਗੇ ਅਸੀਂ, ਦਿੱਲੀ ਨੂੰ ਛੀਲ ਕਰਕੇ ਆਪਦਾ ਨਾਂ ਨਿਸ਼ਾਨ ਇੱਥੇ ਰੱਖ ਕੇ ਜਾਵਾਂਗੇ। ਕੋਈ ਕਿਸਾਨ ਆਏ ਨੇ, ਪੰਜਾਬ ਹਿੰਦੁਸਤਾਨ ਦਾ ਇਹ ਇਕੱਲਾ ਪੰਜਾਬ ਦਾ ਝਗੜਾ ਨਹੀਂ, ਸਾਰੇ ਹਿੰਦੁਸਤਾਨ ਦਾ ਝਗੜਾ ਹੈ, ਝਗੜੇ ਨੂੰ ਮਿਟਾ ਕੇ ਜਾਵਾਂਗੇ, ਆਪਣੀਆਂ ਹੱਕਾਂ ਲੈ ਕੇ ਜਾਵਾਂਗੇ, ਭਾਵੇਂ 2 ਸਾਲ ਲੱਗ ਜਾਣ, 2 ਸਾਲ ਇਹ ਸੜਕਾਂ ਦੇ ਉੱਤੇ ਰਹਾਂਗੇ, ਟਰਾਲੀਆਂ ਸਮਾਨ ਦੀਆਂ ਭਰੀਆਂ ਪਈਆਂ ਨੇ, ਸਾਰਾ ਕੁਝ ਹੁੰਦਾ ਹੋਇਆ, ਜੇ ਘੱਟ ਵੀ ਜਾਊਗਾ ਹੋਰ ਲਿਆਵਾਂਗੇ। ਕੀ ਬਾਤ ਹੈ ਬਾਪੇ! ਹਾਂਜੀ ਬਾਈ, ਤੁਸੀਂ ਦੱਸੋ ਇੱਧਰ ਵੀ ਹੈਗੇ ਭਾਈ ਜੀ, ਇੱਧਰ ਆ ਜਾਓ।
क्या बात है। दो पोतिया ने हाँ जी 70 साल की उम्र हो रही है हाँ जी। मैं लकड़ का हल माए पाया हाँ जी। पहला फले माए पाए ने ठीक है जी। ऐसा मसला था कदे किसी मातरी ने करी नहीं थी। इंदिरा गांधी वे भी देखे झटा वो नहीं करा थी किसी ने हाँ जी। जेड़ा मोदी ने करता हाँ जी। ये साडे बच्चे दे बारे क्यों करते भी साडे बच्चे की कहेंगे सानू हाँ जी। साडियां जमीनी गोलियां गईया हाँ जी। साडे ले वे की रहूगा कर्जे दे मारे पे असी जमींदार पहला छोटे जमींदार हाँ जी। ये पहले साडे बच्चे सी मसा पाल के खड़े करे ने ये हुण साडी जायदाद खो गई साडा रेट तोड़ता भी असी खावांगे कि बच्चे की खाणगे साडे बच्चे तां फिर पंजां वांगू ब्याह च फिरनगे झोले च की है प्यार बना रहे ने। असी कितने असी सिख हां असी अपने हक ते लड़ांगे ते साडी जिंदगी बख जी। क्या बात है भाई ओ कहंदे इधर चल गए इधर आ जाओ हां जी। ए सानू ना बदनाम करी जांदे आ ते कहंदे भी ए तां कोई होर गल आ अंदरों अंदरों ये खालिस्तान आली गल लई फिरदे आ ते ए आपां हैना ते आपां ਉਹ ਕਹਿੰਦੇ ਤਾਂ ਹੀ ਇੱਥੇ ਸਾਰੇ ਬੰਦੇ ਇਕੱਠੇ ਹੋਏ ਫਿਰਦੇ ਆ। ਇਹ ਕਿਸਾਨਾਂ ਨੂੰ ਤਾਂ ਕਿਸਾਨ ਤਾਂ ਹੈ ਹੀ ਨਹੀਂ ਇਹਨਾਂ 'ਚ ਕਿਸਾਨ ਖੇਤੀ ਕਰਦੇ ਹੈ ਕਿ ਨਹੀਂ ਛੋਟੇ ਕੁੜੀ ਦਾ ਜਮਾਈ ਨੇ ਇਹਨਾਂ ਦੀ ਕਿਉਂ ਮੰਨ ਗਿਓ ਮੋਢਾ ਦੇ ਕੇ ਜਾਣਾ ਹੈ ਅਸੀਂ ਬੀਕੇ ਜੋ ਦੁਕਾਨਦੇ ਦੇ ਵਰ ਕਰਾਂਗੇ ਹਾਂਜੀ ਨਹੀਂ ਕਿਹੜੇ ਕਿਹੜੇ ਪਿੰਡੋਂ ਬਾਪੂ ਅਸੀਂ ਬਲਿਆਲ ਜ਼ਿਲ੍ਹਾ ਸੰਗਰੂਰ ਤਹਿਸੀਲ ਭਵਾਨੀਗੜ ਹਾਂਜੀ ਠੀਕ ਆ ਚਲੋ ਲੈ ਕੇ ਜਾਵਾਂਗੇ ਜੀ ਪੂਰੀ ਤਿਆਰੀ ਕਰਕੇ ਆਏਗੇ ਚਲੋ ਜੀ ਆ ਜਾਓ ਗਾਂ ਨੂੰ ਤੁਰ ਗਏ ਇੱਧਰ ਹਾਂ ਇੱਧਰ ਤੁਸੀਂ ਆ ਦੇਖੋ ਅੱਜ ਮੋਰਚਾ ਦੇਖੋ ਇਹ ਆਏ ਖੜੀਆਂ ਇਹਨਾਂ ਨੂੰ ਕਿਹੜਾ ਜੋੜ ਜੋੜ ਕੇ ਖਿਲਾ ਰਹੀਆਂ ਆ ਵਧੀਆ ਕੰਮ ਕੀਤਾ ਜਿਹੜਾ ਤੁਸੀਂ ਆ ਜੋੜ ਕੇ ਹਾਂ ਲੰਗਰ ਕੀ ਉਹਨਾਂ ਨੂੰ ਛਕਾਉਂਗੇ ਜੀ ਆ ਕੇ ਲੰਗਰ ਤਿਆਰੀ ਪੂਰੀ ਹੈ ਕੀ ਬਾਤ ਹੈ ਇਹ ਕੱਲ ਦਾ ਪ੍ਰੋਪੇਗੰਡਾ ਕੀਤਾ ਜਾ ਰਿਹਾ ਸਤਿਕਾਲ ਕੀ ਹਾਲ ਆ ਜੀ ਇਹ ਕਹਿੰਦੇ ਆ ਵੀ ਕਿਸਾਨ ਨੀ ਆ ਕੀ ਹਾਲ ਆ ਬਾਈ ਕਿਵੇਂ ਹੋ ਉਹ ਅਸੀਂ ਆ ਲਾਈਵ ਕਰੀ ਜਾਂਦੇ ਆ ਇੱਕ ਮਿੰਟ ਆਉਣੇ ਆ ਮਾੜਾ ਜਿਹਾ ਇਹਨਾਂ ਨੂੰ ਭਜੱਕਾ ਦਿਖਾ ਦਈਏ ਇਹ ਮੋਰਚੇ ਨੂੰ ਬਦਨਾਮ ਕਰੀ ਜਾਂਦੀ ਹੈ ਜਨਤਾ ਕਿਹੜੇ ਪਾਸੇ ਚਲੋ ਫਿਰ ਇੱਧਰ ਨੂੰ ਹੋ ਜਾਓ